ਕੇ ਸਤਸੰਗ ਜੀਓ। ਅੱਜ ਦਾ ਜੋ ਦਿਹਾੜਾ ਹੈ ਇਹ ਦਾਸ ਧਰਮ ਦਾ ਸਥਾਪਨਾ ਦਿਵਸ ਹੈ, ਜੋ 1980 ਦੇ ਵਿੱਚ ਇਹ ਸ਼ੁਰੂਆਤ ਹੋਈ ਸੀਗੀ, ਮਹਾਰਾਜ ਨੇ ਬਣਾਇਆ ਸੀਗਾ। ਸਾਡਾ ਸਾਰਿਆਂ ਦਾ ਧਰਮ ਕੀ ਹੈ? ਸਤ ਸੰਤੋਖ ਦਯਾਨਾ, ਅਸੀਂ ਮਾਨਵ ਹਾਂ, ਮਾਨਵ ਤੋਂ ਅਸੀਂ ਅਗਰ ਕਿਤੇ ਦਾਸ ਬਣ ਜਾਈਏ, ਬਾਕੀ ਮਜ਼ਬਾ ਕੌਮਾਂ 'ਚ ਨਾ ਪਾਈਏ, ਅਸੀਂ ਸਿਰਫ ਉਹਦੇ ਦਾਤੇ ਦਾ ਦਾਸ ਬਣ ਜਾਈਏ। ਮਹਾਰਾਜ ਨੇ ਆਪਣਾ ਦਾਸ ਕਿਸੇ ਨੂੰ ਨਹੀਂ ਬਣਾਇਆ, ਉਹਨਾਂ ਨੇ ਕਿਹਾ ਕਿ ਮੇਰੇ ਨਾਨਕ ਦੇ ਦਾਸ ਬਣ ਜਾ, ਬਸ ਉਹਦੀ ਜਾਚ ਚੜਾਓ। ਅਤੇ ਸਾਰੀ ਸੰਗਤਾਂ ਨੂੰ ਸੰਦੇਸ਼ ਹੈ, ਜਿਹੜੀਆਂ ਵੀ ਆਉਣ ਵਾਲੀਆਂ ਮਿਸ਼ਨ ਦੇ ਦਰਬਾਰ ਦੇ ਵਿੱਚ, ਚਾਹੇ ਉਹਨਾਂ ਦਰਬਾਰ ਕਿਤੇ ਵੀ ਬਣਿਆ, ਬਹੁਤ ਸਾਰੇ ਜਗ੍ਹਾ ਦਰਬਾਰ ਬਣੇ ਨੇ ਉਹਨਾਂ ਦੇ, ਅਤੇ ਜਿੱਥੇ ਜਿੱਥੇ ਬਣੇ ਨੇ, ਅਤੇ ਸਮਝੋ ਅਸੀਂ ਉਹਨੂੰ ਉਸ ਮਿਸ਼ਨ ਨੂੰ ਸਤਿਗੁਰ ਦਰਸ਼ਨ ਧਾਮ ਦੇ ਨਾਂ ਦੇ ਉੱਤੇ ਜਾਣ ਕਰਦੇ ਹਾਂ। ਉਹ ਨਾਨਕ ਪਾਤਸ਼ਾਹ ਦਾ ਉਹਨਾਂ ਨਾਂ ਰੱਖਿਆ ਸੀਗਾ, ਅਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸ਼ਰਧਾ ਵੀ ਉੱਥੋਂ ਚੱਲਿਆ ਸੀਗਾ, ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸ਼ਰਧਾ ਭਲਾ। ਜਦੋਂ ਸਾਰੇ ਸ਼ਰਧਾ ਦੇ ਭਲੇ ਦੇ ਵਿੱਚ ਆ ਜਾਣਗੇ, ਜਿੱਥੇ ਵੀ ਕਿਤੇ ਬੈਠੇ ਨੇ, ਕਿਤੇ ਵੀ ਰਹਿ ਰਹੇ ਨੇ, ਕਿਸੇ ਦੇਸ਼ ਵਿੱਚ ਰਹਿ ਰਹੇ ਨੇ, ਮਨਚਿਤ ਹੋ ਕਰਕੇ ਜਦੋਂ ਉਹਦੀ ਯਾਦ ਅਪਣਾ ਲੈਣਗੇ, ਅਤੇ ਦੁਨੀਆਂ ਦਾ ਭਲਾ ਮੰਗਣ ਲੱਗ ਪੈਣਗੇ, ਇਹ ਸਮਝੋ ਇਸ ਯੁੱਗ ਦਾ, ਇਸ ਸਮੇਂ ਦਾ ਹਥਿਆਰ ਹੈ। ਆਪਾਂ ਦਿਲੋਂ ਹੋ ਕੇ ਉਹਦੇ ਦਾਸ ਬਣਦੇ ਹਾਂ, ਅਤੇ ਇਹੋ ਹੀ ਉਹਦਾ ਸੰਦੇਸ਼ ਹੈ। ਸਾਰੀ ਸੰਗਤਾਂ ਨੂੰ ਇਹੋ ਸੰਦੇਸ਼ ਹੈ, ਜਦੋਂ ਇੱਥੇ ਚਾਹੇ ਐਤਵਾਰ ਨੂੰ ਆਉਂਦੇ ਨੇ, ਜਗ੍ਹਾ ਜਗ੍ਹਾ ਜਿੱਥੇ ਵੀ ਜਿੱਥੇ ਜਾਂਦੇ ਨੇ ਡੇਰੇ ਦੇ ਦਰਬਾਰ ਦੇ ਵਿੱਚ, ਅਸੀਂ ਉਹ ਮਤਲਬ ਦੁਨੀਆਂ ਨੂੰ ਇਹੋ ਸੰਦੇਸ਼ ਦਿੰਦੇ ਹਾਂ ਕਿ ਤੁਸੀਂ ਸਿਰਫ ਉਹਦੀ ਯਾਦ ਵਿੱਚ ਆ ਜਾਓ, ਅਤੇ ਸਭ ਦਾ ਭਲਾ ਮੰਗਣ ਲੱਗ ਪਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਧਾ। ਔਰ ਇਸ ਨੂੰ ਇਹ ਵਰਦਾਨ ਵੀ ਹੈ ਮਹਾਰਾਜ ਨੇ ਦਿੱਤਾ ਕਿ 2 ਤੋਂ 2.25 ਜਿਹੜੇ ਸੇਵਕ, ਜਿਹੜੇ ਵੀ ਜੀਵ ਦੁਨੀਆਂ ਦੇ ਕਿਤੇ ਵੀ ਰਹਿਣ ਵਾਲੇ ਹੋਣ, ਉਹ ਇਸ ਮੁੱਖ ਵਾਕ ਨੂੰ 15 ਮਿੰਟ ਸਿਰਫ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਧਾ ਭਲਾ ਜ਼ਰੂਰ ਕਰਿਆ ਕਰਨ। ਉਹਨਾਂ ਦੇ ਦੁਨਿਆਵੀ ਕਾਰਜ ਸਾਰੇ ਆਪਣੇ ਆਪ ਠੀਕ ਹੋ ਜਾਣਗੇ, ਸਭ ਕਾਰਜ ਨਾਸ ਹੋ ਜਾਣਗੇ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।